अपने पिंड जी राजने तो टोल प्लाजे वास्ते जी अज 26 तरीक न चले जी अपने 10 ट्रालियां एक ट्राली होर आ रही है एक इंटर जी एक साढ़े बाई जी होर वालों कैंटर की सेवा वा जी टोल प्लाजे तिकर अज कैंटर की सेवा इन्होंने की फ्री ट्रालियां जी अपने पिंडों अग्राह जथेबंदी के टोल प्लाजे के धरने से एक कैंटर जी तो कारा दो तीन कारा भी आनगियां जी मगर वाहेगुरु जी का खालसा वाहेगुरु जी की फतेह। अज असी समूह नगर राजियाना वासी जो कि संयुक्त मोर्चे वालों 26 तरीक का बन का सजदा दिता गया सीगा उस सदे के मद्देनजर अज साझे पिंड राजियाना विचों बहुत भारी इकट्ठ बीबियां का गुरमुखां का ये जो कि भारतीय किसान यूनियन एकता ग्राहां का टोल प्लाजे का धरना चल रहा तो असी सारे जने पिंड राजियाना तो भारतीय किसान यूनियन एकता अग्राहां की अगवाई करते हुए अज इत टूर से धरने पर पहुंचे हैं तो असी ये टूर से धरना उन्ना चिर जारी रहेगा जिन्ना चिर मोदी सरकार काले कानून वापस नहीं लेंदी गी। इस तरह ही असी पिंड राजियाना तो इस अपनी किसान यूनियन एकता अग्राहां का साथ देंदे रहो। वाहेगुरु जी का खालसा वाहेगुरु जी का खालसा श्री वाहेगुरु जी की फतेह। अज साडा समूह नगर राजियाना भारतीय एकता किसान यूनियन अग्राहां दे सदे अनुसार टोल टैक्स ते पहुंचे हाँ जिहड़ा काले कानूनां दे विरुद्ध असी ये अपना अंदोलन कर रहे हैं पर सरकार काफ़ी लंबे समय तो साड़ी किसी गल का भी नहीं कर रही सुनवाई नहीं कर रही असी उस दे विरोध में अज असी टोल टैक्स चंद पुराने से राजन की समूह नगर पंचायत के नाल भारी संख्या के पहुंचे साडे नाल बीबियां ते कुछ नौजवानों का इकट्ठ साडे नाल इत्थे पहुंचे। वाहेगुरु जी का खालसा श्री वाहेगुरु जी की फतेह। मोदी सरकार सभी कुछ सुनवाई नहीं कर रही इस करके जिन्ना चर सारी मोदी सरकार सुनवाई नहीं करूंगी उन्ना चर सारी सरकार को किस तरह
ਸਰਕਾਰ ਦੇ ਕੰਮ ਤੇ ਜ਼ਰੂਰੀ ਸੜਕਾਂ ਉਸ ਗੱਲ ਦਾ ਜਵਾਬ ਸਾਡੇ ਦਾ ਦਿੰਦੀ ਰਹੀ ਇਸ ਕਰਕੇ ਅਸੀਂ ਉਹਦੇ ਤੇ ਕਰੋਨਾ ਚਾਹੇ ਉਹਨਾਂ ਚਾਹੇ ਸਾਡੇ ਕਾਲੇ ਕਾਨੂੰਨ ਖਾਸ ਨਹੀਂ ਰੱਖਦੇ ਉਹਨਾਂ ਚਾਹੇ ਅਸੀਂ ਕੁਝ ਕਰਦੇ ਜਾ ਰਹੀ ਮੋਦੀ ਸਰਕਾਰ ਕਹਿੰਦੇ ਜੀ ਕਿਸਾਨ ਨਹੀਂ ਹੈਗੇ ਹਾਂਜੀ ਇਹ ਕਿਸਾਨ ਨਹੀਂ ਕਹਿੰਦੇ ਮੋਦੀ ਸਰਕਾਰ ਕਹਿੰਦਾ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਖੇਤਾਂ ਦੇ ਕਿਸਾਨ ਦੀ ਧੀ ਹਾਂ ਮੈਂ ਕਿਸਾਨ ਦੇ ਘਰ ਵਾਲੀ ਹੈ ਕਿਸਾਨ ਦੀ ਨੂੰਹ ਹਾਂ ਅਸੀਂ ਖੇਤਾਂ ਦੇ ਵਿੱਚ ਆਪ ਕੰਮ ਕੀਤਾ ਜੀ ਆਪ ਅਸੀਂ ਖੇਤੀਬਾੜੀ ਦੇ ਵਿੱਚੋਂ ਸਾਰਾ ਕੁਛ ਕਰਦੇ ਹਾਂ ਅਸੀਂ ਆਪਦੀ ਦੂਰ ਪੂਰੀ ਖੇਤੀ ਦੇ ਵਿੱਚੋਂ ਕਰਦੇ ਹਾਂ ਅਸੀਂ ਨਾਲ ਪੈਦਾ ਕਰਕੇ ਇਹਨਾਂ ਲੋਕਾਂ ਦੇ ਘਰਾਂ ਨੂੰ ਭਰਦੇ ਹਾਂ ਅਸੀਂ ਜਿਹੜੇ ਅੱਜ ਕਹਿੰਦੇ ਇਹ ਕੱਟਵਾਤੀ ਆ ਇਹ ਵੱਖਵਾਤੀ ਆ ਇਹ ਮੋਦੀ ਸਰਕਾਰ ਨੇ ਇਹ ਕੰਮ ਕੀਤਾ ਨਹੀਂ ਖੇਤੀ ਦਾ ਉਹਨੂੰ ਪਤਾ ਨਹੀਂ ਰੰਬੇ ਦੇ ਨਾਲ ਗੰਢਾ ਕਿਵੇਂ ਪੁੱਜੀ ਦਾ ਉਹਨੂੰ ਪਤਾ ਨਹੀਂ ਰੰਬੇ ਦੇ ਨਾਲ ਕਣਕ ਕਿਵੇਂ ਪੁੱਜੀ ਦੀ ਆ ਉਹਨੂੰ ਪਤਾ ਨਹੀਂ ਗੰਨਾ ਪੱਟ ਕੇ ਕਿਵੇਂ ਛਿੱਲਣਾ ਅਤੇ ਛਿੱਲ ਕੇ ਉਹਦਾ ਗੌੜ ਬਣਾਉਂਦੇ ਹਾਂ ਅਸੀਂ ਇਹ ਮੋਦੀ ਸਰਕਾਰ ਨੂੰ ਪਤਾ ਨਹੀਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਨੂੰ ਵੀ ਕਿਤੇ ਵੱਟ ਦੇ ਸਾਡੇ ਨਾਲ ਬਹਿ ਕੇ ਦੇਖੇ ਸਾਡੇ ਨਾਲ ਧਰਨਿਆਂ ਦੇ ਬਹਿ ਕੇ ਦੇਖੇ ਸਾਡਾ ਹਾਲ ਅਤੇ ਅਸੀਂ ਇਸ ਤਰ੍ਹਾਂ ਚੜ੍ਹਦੀ ਕਲਾ 'ਚ ਐਡੀ ਢੰਗੀ ਕਲਾ 'ਚ ਨਹੀਂ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਮਾਤਾ ਭਾਗੋ ਦੀਆਂ ਵਾਰਸਾਂ ਸੀ ਬੰਦਾ ਸਿੰਘ ਬਹਾਦਰ ਵਰਗੀਆਂ ਉਹਨਾਂ ਦੀਆਂ ਵਾਰਸਾਂ ਭਗਤ ਸਿੰਘ ਉਹਨਾਂ ਦੀਆਂ ਵਾਰਸਾਂ ਸੀ ਅਸੀਂ ਇੱਦਾਂ ਨਹੀਂ ਰਹਿਣ ਦੇਵਾਂਗੇ ਆਪਦਾ ਹੱਕ ਲੈ ਕੇ ਜਾਵਾਂਗੇ ਅਤੇ ਲੈਣ ਖਿੱਚੇ ਵੀ ਹੈ ਸਿੱਖੇ ਹਾਂ ਬਾਬੇ ਨਾਨਕ ਦਾ ਹਾਲਾ ਜਿਹੜਾ ਉਹਨੂੰ ਭੁੱਲੇ ਨਹੀਂ ਕੋਈ ਵੀ ਇਹ ਆਉਣ ਵਾਲੀ ਪੀੜ੍ਹੀ ਸਾਨੂੰ ਕਹੂਗੀ ਕਿ ਸਾਡੇ ਲਈ ਕੀ ਕੀਤਾ ਤੁਸੀਂ ਅਸੀਂ ਜਗਰਾਜ ਦਿਖਾਉਣੇ ਉਹਨਾਂ ਨੂੰ ਆਉਣ ਵਾਲੀ ਪੀੜ੍ਹੀ ਸਾਨੂੰ ਇਹ ਨਾ ਕਹੇ ਮਰਨਾ ਤਾਂ ਹੈਗਾ ਹੀ ਆ ਗੋਲੀਆਂ ਨਾਲ ਮਰ ਜਾਂਗੇ ਤਾਂ ਵੀ ਕੋਈ ਗੱਲ ਨਹੀਂ ਚੜ੍ਹਦੀ ਕਲਾ ਚੱਲ ਮੋਦੀ ਸਰਕਾਰ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨ ਹਰਦਾਸ ਸਿੰਘ ਪਿੰਡ ਰਾਜਿਆਣਾ ਤੋਂ ਤੁਹਾਡੇ ਨਾਲ ਚਾਰ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਆਪਾਂ ਨੂੰ 4 ਮਹੀਨੇ ਹੋ ਗਏ ਨੇ ਦਿੱਲੀ ਦੇ ਹੈਕ ਤੇ ਬੈਠਿਆ ਨੂੰ ਪਰ ਮੋਦੀ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਆਪਣੀ ਜ਼ਮੀਨ ਅਤੇ ਜ਼ਮੀਰ ਲਈ 4 ਮਹੀਨੇ ਕੀ 4 ਸਾਲ ਵੀ ਬੈਠਣ ਲਈ ਤਿਆਰ ਹਾਂ ਪਰ ਮੋਦੀ ਤੂੰ ਪੰਗਾ ਲੈ ਕੇ ਬਹੁਤ ਵੱਡੀ ਗਲਤੀ ਕਰ ਲਈ ਤੂੰ ਨਹੀਂ ਜਾਣਦਾ ਅਸੀਂ ਕੌਣ ਹਾਂ ਅੱਜ ਮੈਂ ਤੈਨੂੰ ਦੱਸਦਾ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਔਲਾਦ ਹਾਂ ਸਾਨੂੰ ਗੁਰੂ ਜੀ ਨੇ ਅੱਗੇ ਵਧਣਾ ਸਿਖਾਇਆ ਹੈ ਪਿੱਛੇ ਮੁੜਨਾ ਨਹੀਂ ਮੋਦੀ ਤੂੰ ਅਬਾਨੀਆਂ ਅਡਾਨੀਆਂ ਦੇ ਪਿੱਛੇ ਲੱਗ ਕੇ ਬਹੁਤ ਲੁੱਟ ਮਚਾਈ ਹੈ ਹੁਣ ਤੂੰ ਸਾਡੀਆਂ ਜ਼ਮੀਨਾਂ ਦੇ ਅੱਖ ਰੱਖ ਲਈ ਜ਼ਮੀਨ ਚੱਟਾਂ ਦੀ ਮਾਂ ਹੁੰਦੀ ਹੈ ਅਤੇ ਮਾਂ ਦੀ ਇੱਜ਼ਤ ਕਰਨੀ ਸਾਨੂੰ ਆਉਂਦੀ ਹੈ ਅਸੀਂ ਆਪਣੇ ਹੱਕਾਂ ਦੀ ਖਾਤਰ ਤੇਰੇ ਨਾਲ ਲੜਾਈ ਲੜਨ ਲਈ ਤਿਆਰ ਹਾਂ ਬੋਲੇ ਸੋਹਣਿਆ ਹਾਲ ਸਤਿ ਸ੍ਰੀ ਅਕਾਲ ਮੋਦੀ ਸਰਕਾਰ ਮੁਰਦਾਬਾਦ ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਦਾ ਸਾਥ ਦੇ ਗਏ ਹੁਣ ਬਹਿਣ ਦੀ ਲੋੜ ਨਹੀਂ ਬਹਿਣ ਦਾ ਜਾਣਨਾ ਤਾਂ ਗਿਆ ਅੱਗੇ ਔਰਤ ਨੂੰ ਸਮਝਿਆ ਜਾਂਦਾ ਸੀ ਅੰਦਰ ਤਾੜੀ ਹੈ ਤਾਂ ਤਾੜੀ ਰਹਿਣ ਦਿਓ ਸੱਚ ਹੋਣਾ ਚਾਹੀਦਾ ਭੈਣੇ ਮਿਲ ਗਏ ਸੱਚ ਜਿੱਥੇ ਮਰਜ਼ੀ ਖੜ ਕੇ ਨੱਚ ਜੇ ਆਪਣੇ ਕੋਲ ਸੱਚ ਆ ਤੇ ਆਪਾਂ ਤੁਹਾਡੇ ਸਾਹਮਣੇ ਆ ਸਰਕਾਰਾਂ ਦਾ ਮੂੰਹ ਤੋੜ ਜਵਾਬ ਦਿੱਤਾ ਅੱਜ ਮੋਦੀ ਸਰਕਾਰ ਨੂੰ ਪਤਾ ਲੱਗ ਗਿਆ ਕਿ ਇਹ ਘਰਾਂ ਦੇ ਵਿੱਚੋਂ ਬੱਚੇ ਤੇ ਮਾਈਆਂ ਤੇ ਭੈਣਾਂ ਅੱਜ ਬੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੀਆਂ ਸਤਿ ਸ੍ਰੀ ਅਕਾਲ ਐ ਨਾ ਸਮਝੋ ਔਰਤ ਦੇ ਵਿੱਚ ਤੇ ਬੰਦਿਆਂ ਦੇ ਵਿੱਚ ਫਰਕ ਹੈ ਮੈਂ ਨਹੀਂ ਸਮਝਦੀ ਇਸ ਗੱਲ ਨੂੰ ਮੇਰਾ ਖੇਤਾਂ ਦੇ ਵਿੱਚ ਪਾਣੀ ਵੀ ਲਾਇਆ ਹੋਇਆ ਮੇਰੇ ਡੰਗਰ ਵੀ ਚਾਰੇ ਹੋਏ ਆ ਮੈਂ ਰੰਬਾ ਲੈ ਕੇ ਖੇਤ ਦੇ ਵਿੱਚ ਗੰਢੇ ਵੀ ਗੁੱਡੇ ਆ ਮੈਂ ਹਾੜੀ ਵੀ ਵੱਢੀ ਆ ਮੱਕੀ ਚੋਂ ਘਾਹ ਵੀ ਕੱਢਿਆ ਪਰ ਹੌਂਸਲਾ ਰੱਖੋ ਹੌਂਸਲੇ ਦੇ ਨਾਲ ਹੀ ਸਾਰਾ ਕੁਛ ਆ ਜੇ ਘਸੁੰਨ ਵੱਟਿਆ ਤਾਂ ਗੱਲ ਬਣੂਗੀ ਜੇ ਉਂਗਲਾਂ ਖਿਲਰੀਆਂ ਤਾਂ ਹੱਥਾਂ ਨਹੀਂ ਗੁੰਨਿਆ ਜਾਣਾ ਸਾਰਾ ਕੁਛ ਹੀ ਕੀਤਾ ਹੋਇਆ ਆ ਜਿਹੜੇ ਇੰਦਰਾ ਗਾਂਧੀ ਵਾਲੇ ਸੰਘਰਸ਼ ਆਏ ਸੀ ਉਦੋਂ ਛੋਟੀ ਜਿਹੀ ਉਮਰ ਦੇ ਵਿੱਚ ਸਾਰਾ ਕੁਛ ਦੇਖਿਆ ਸੀ ਅਸੀਂ ਉਹਨਾਂ ਦਾ ਜੇ ਪਿੰਡਾਂ ਵਾਲੇ ਸੰਤਾਂ ਦਾ ਆਪਾਂ ਸਾਥ ਦਿੰਦੇ ਆ ਸਮਾਂ ਨਹੀਂ ਸੀ ਵੇਖਣਾ ਪੈਣਾ ਸਾਨੂੰ ਆ ਪਿੰਡਾਂ ਵਾਲੇ ਸੰਤਾਂ ਦਾ ਆਪਾਂ ਸਾਥ ਨਹੀਂ ਦਿੱਤਾ ਅਸੀਂ ਪਿੰਡਾਂ ਵਾਲੇ ਸੰਤਾਂ ਦਾ ਸਾਥ ਦਿੰਦੇ ਤੇ ਆ ਅਸੀਂ ਅੱਜ ਸ਼ਰਤਾਂ ਦੇ ਨਾਲ ਬੈਠਦੇ
ਉਹਨਾਂ